ਸਲਾਮ ਅਲੈਕਮ ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਮੈਂ ਤੁਹਾਡਾ ਆਪਣਾ ਬਿਲਾਲ ਹੁੰਦਾ ਅਤੇ ਤੁਸੀਂ ਵੇਂਦੇ ਪਏ ਹੋ ਹਾਲੀਵੁੱਡ ਸਟਾਰ। ਨਾਜ਼ਰੀਨ, ਅੱਜ ਅਸੀਂ ਤੁਹਾਨੂੰ ਬੜੇ ਖਾਸ ਅਤੇ ਬਹੁਤ ਹੀ ਪਿਆਰੀ ਚੀਜ਼ ਦੇ ਖਾਨ ਜਾਣਦੇ ਪਏ ਹਾਂ। ਜ਼ਿਲ੍ਹਾ ਨਾਰੋਵਾਲ ਦੇ ਮਸ਼ਹੂਰ ਪਿੰਡ ਖੀਵਾ ਹੁੰਦਰਾਂ ਦੇ ਵਿੱਚ ਮੌਜੂਦ ਹਾਂ। ਉੱਥੋਂ ਮੈਂ ਨਿਕਲ ਆਇਆ ਬਾਹਰ ਅਤੇ ਤੁਹਾਨੂੰ ਵਿਖਾਉਂਦੇ ਹਾਂ ਇਸ ਸਫ਼ਰ ਦਾ। ਅਤੇ ਪਿੰਡੋਂ ਵਾਰ ਵਾਰ ਸੁਣਨ ਦੇ ਵਿੱਚ ਆਇਆ ਇੱਕ ਜਿਹੜਾ ਨਾ ਹਿੰਦੂਆਂ ਦੀ ਯਾਨੀ ਕਿ ਸਿੱਖਾਂ ਦਾ ਜਿਹੜਾ ਮੰਦਰ ਹੈ, ਅਤੇ ਉਹਨੂੰ ਅਸੀਂ ਤੁਹਾਨੂੰ ਅੱਜ ਵਿਖਾਵਾਂਗੇ। ਅਤੇ ਤੁਸੀਂ ਇਨਸ਼ਾਅੱਲਾ ਵੀਡੀਓ ਨੂੰ ਐਂਡ ਤੱਕ ਦੇਖਣਾ ਵੇ। ਮਾਸ਼ਾਅੱਲਾ, ਵੀਡੀਓ ਬੜੀ ਪਿਆਰੀ ਅਤੇ ਬਹੁਤ ਹੀ ਲੁਤਫ ਅੰਦੋਜ਼ ਹੋਣ ਵਾਲੀ ਬਣਾਵਾਂਗੇ। ਤੁਹਾਨੂੰ ਉਹਨਾਂ ਦੇ ਬਾਰੇ, ਸਿੱਖਾਂ ਦੀ ਜਿਹੜੀ ਮਸਜਿਦ ਵੀ ਸਮਝ ਲਓ, ਮੰਦਰ ਜਿਹਨੂੰ ਆਉਂਦੇ ਨੇ ਉਹ ਵੇ, ਅਤੇ ਉਹਦੇ ਬਾਰੇ ਤੁਹਾਨੂੰ ਗਾਈਡ ਕਰਾਂਗੇ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨਾ ਮਾਲੂਮਾਤ ਜਿਹੜੀ ਉਹ ਤੁਹਾਨੂੰ। ਸਭ ਤੋਂ ਪਹਿਲਾਂ ਤੁਹਾਡੇ ਅੱਗੇ ਇਹ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੇ ਵੀਡੀਓ ਦੀ ਤਰਫ। ਨਾਜ਼ਰੀਨ, ਉਮੀਦ ਹੈ ਤੁਸੀਂ ਖੁਸ਼ਬਾਸ਼ ਹੋਵੋਗੇ। ਦੁਆ ਹੈ ਕਿ ਤੁਹਾਡੇ ਤਾਂ ਅੱਲਾ ਪਾਕ ਦੀ ਖਾਸ ਰਹਿਮਤ ਹੋਵੇ। ਇਹ ਪਿੰਡ ਖੀਵਾ ਹੁੰਦਲਾਂ ਦੀ ਇਹ ਜਿਹੜੀ ਸਰ ਜ਼ਮੀਨ ਹੈ, ਕਣਕਾਂ ਕੁਣਕਾਂ ਜਿਹੜੀਆਂ ਨੇ ਵੱਢ ਕੀਤੀਆਂ ਨੇ। ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਆ ਕਰੋ, ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਮਿਹਰਬਾਨੀ ਜੀ। ਤੋ ਦੋਸਤੋ, ਮੈਂ ਰਸਤੇ ਦੇ ਵਿੱਚ ਜਾ ਰਿਹਾ ਸਾਂ ਅਤੇ ਮੈਨੂੰ ਦੋ ਕੁ ਬਜ਼ੁਰਗ ਮਿਲੇ ਨੇ ਇੱਥੇ, ਅਤੇ ਇਹਨਾਂ ਦੇ ਕੋਲੋਂ ਪੁੱਛਦੇ ਹਾਂ ਪਹਿਲਾਂ ਕਿ ਉਹ ਜਿਹੜੀ ਸਿੱਖਾਂ ਦੀ ਮੰਦਰਗਾਹ ਹੈ ਜਾਂ ਯਾਨੀ ਕਿ, ਅਤੇ ਉਸ ਦੇ ਬਾਰੇ ਪੁੱਛਦੇ ਹਾਂ ਬਜ਼ੁਰਗਾਂ ਕੋਲੋਂ ਕਿ ਉਹ ਅਜੇ ਤੱਕ ਸਾਬਤ ਆ, ਸੁਣਨ 'ਚ ਆਇਆ ਕਿ ਉਹ ਸਾਬਤ ਹੈ, ਅਤੇ ਉਹਨੂੰ ਢਾਇਆ ਹੈ ਕਿਸੇ ਨੇ ਜਾਂ ਉਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਬਾਰੇ ਇਹਨਾਂ ਕੋਲ ਜਾਣਕਾਰੀ ਪੁੱਛਦੇ ਹਾਂ ਅਤੇ ਆਓ ਸਵਾਲ ਪੁੱਛਦੇ ਹਾਂ। ਤੋ ਦੱਸਿਓ ਬਜ਼ੁਰਗੋ, ਜਿਹੜੇ ਮਿਸਾਲ ਤੌਰ 'ਤੇ ਮੈਨੂੰ ਕੀ ਸਿਸਟਮ ਹੈ ਕਿ ਉਹਨੂੰ ਅਜੇ ਤੱਕ ਕਿਸੇ ਨੇ ਕੋਸ਼ਿਸ਼ ਕੀਤੀ ਉਹਨੂੰ ਫਨਾਹ ਕਰਨ ਦੀ ਜਾਂ ਉਹਨੂੰ ਕੋਈ ਨੁਕਸਾਨ ਪਹੁੰਚਾਇਆ ਅਜੇ ਤੱਕ? ਨਹੀਂ ਪੁੱਤਰਾ, ਇਬਾਦਤਗਾਹ ਹਿੰਦੂਆਂ ਦੀ ਹੋਏ ਜਾਂ ਮੁਸਲਮਾਨਾਂ ਦੀ ਹੋਏ, ਲੇਕਿਨ ਉਹਨੂੰ ਕੋਈ ਮੁਸਲਮਾਨ ਜਿਹੜਾ ਨਾ ਉਹਨੂੰ ਫਨਾਹ ਫਿਲਾ ਨਹੀਂ ਕਰਦਾ। ਅਜੇ ਤੱਕ ਉਹ ਬਿਲਕੁਲ ਜਿਹੜਾ ਨਾ ਮੌਜੂਦ ਹੈ, ਫਸਟ ਕਲਾਸ, ਠੀਕ ਠਾਕ, ਸਹੀ। ਉਹ ਬਲਕਿ ਸਗੋਂ ਉੱਧਰ ਨੂੰ ਜਾਏ ਆਈਦਾ, ਅਤੇ ਉਹ ਬਿਲਕੁਲ ਜਿਹੜਾ ਨਾ ਨਹੀਂ, ਉਹ ਇਬਾਦਤਗਾਹ ਉਹ ਵੀ ਅੱਲਾ ਨੂੰ ਹੀ ਪੂਜਦੇ ਹਨ। ਇਬਾਦਤਗਾਹ ਹੈ ਉਹਨਾਂ ਦੀ, ਜੋ ਮਰਜ਼ੀ ਹੈ। ਅਸੀਂ ਮੁਸਲਮਾਨ ਲੋਕ ਜਿਹੜਾ ਨਾ ਅਸੀਂ ਇਹ ਕੰਮ ਨਹੀਂ ਕਰਦੇ। ਉਹ ਸਿੱਖ ਜਾਂ ਹਿੰਦੂ ਲੋਕ ਨੇ ਜਿਹੜੇ ਮੁਸਲਮਾਨਾਂ ਦੀਆਂ ਮਸਜਾਂ ਦੀਆਂ ਜਿਨ੍ਹਾਂ ਨੂੰ ਬੇਇਬਾਦ ਕਰਦੇ ਨੇ, ਅਸੀਂ ਨਹੀਂ ਇਹ ਕੰਮ ਕਰਦੇ। ਆਹੀ ਤਾਂ ਆਉਂਦੇ ਹਾਂ ਵੀ ਉਹਨੂੰ ਮੰਦਰ ਵੱਲ ਨੂੰ ਆਹ ਜਿਹੜਾ ਰਸਤਾ ਜਾਂਦਾ ਉਹ ਵੀ ਸਗੋਂ ਖਰਾਬ ਹੈ, ਉਹ ਵੀ ਕੋਈ ਵੇਖੇ ਅਤੇ ਬਣਾਏ ਤਾਂ ਕਿ ਜਿਹੜਾ ਨਾ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਮੰਦਰ ਵੱਲ ਨੂੰ ਰਸਤਾ ਵੀ ਚੰਗਾ ਬਣਿਆ ਅਤੇ ਠੀਕ ਠਾਕ। ਤੁਹਾਡੇ ਇੱਥੇ ਉਮਰ ਕਿੰਨੀ ਹੋ ਚੱਲੇ? ਆਪਣੀ ਉਮਰ ਦਾ ਤਕਾਜ਼ਾ ਕਰਦੇ ਹਾਂ, ਤੁਸੀਂ ਉਹਨਾਂ ਨੂੰ ਅੱਜ ਤੱਕ ਇੱਥੇ ਆਪਣੀ ਅੱਖਾਂ ਦੇ ਨਾਲ ਵੇਖਿਆ? ਇੱਥੇ ਇਹ 2-3 ਵਾਰੀ ਮੇਰੀ 50 ਤੋਂ 55-60 ਸਾਲ ਉਮਰ ਹੋ ਗਈ ਹੈ, ਇਹਦੇ ਵਿੱਚ ਉਹ 2-4 ਵਾਰੀ ਆਏ ਨੇ ਆਪਣੀ ਇਬਾਦਤਗਾਹ 'ਚ ਸਿੱਖ। ਇੱਥੇ ਪਿੰਡ ਵੀ ਸਾਡੇ ਹੁੰਦੇ ਨੇ ਖੀਵੇ ਵਿੱਚ। ਤੁਸੀਂ ਉਹਨੂੰ ਰੋਕਿਆ ਨਹੀਂ ਕਿ ਯਾਨੀ ਕਿ ਤੁਹਾਡਾ ਹੁਣ ਇੱਥੇ ਕੀ ਕੰਮ ਹੈ, ਨੁਕਸਾਨ ਹੀ ਤੁਹਾਨੂੰ ਪਹੁੰਚਾਉਂਦੇ ਆ? ਨਹੀਂ, ਉਹ ਬੜੇ ਮੁਹੱਬਤ ਅਤੇ ਪਿਆਰ ਨਾਲ ਮਿਲਦੇ ਨੇ, ਕੋਈ ਨੁਕਸਾਨ ਕੋਈ ਲੈਣਾ ਨਹੀਂ ਦੇਣਾ ਨਹੀਂ। ਉਹ ਆਪਣੀਆਂ ਜ਼ਮੀਨਾਂ ਜਿਹੜੀਆਂ ਇੱਥੋਂ ਗਏ ਨੇ, ਉਹ ਸਿੱਖ ਜਿਹੜੀਆਂ ਜ਼ਮੀਨਾਂ ਛੱਡ ਕੇ ਗਏ ਨੇ ਉਹਨਾਂ ਵਿੱਚ ਫਿਰਦੇ, ਉਹ ਮਿੱਟੀ ਜਿਹੜੀ ਹੈ ਨਾ ਉਹ ਮੁੱਠਾਂ ਭਰ ਭਰ ਕੇ ਵਹਿੰਦੇ ਨੇ, ਉਹ ਸਿੰਘਦੇ ਨੇ ਅਤੇ ਵਿੱਚ ਸਾਡੀ ਛਾਪਣਾਂ 'ਚ ਪਾ ਕੇ ਲੈ ਕੇ ਜਾਂਦੇ ਨੇ। ਸਹੀ। ਅੱਛਾ, ਅਤੇ ਉਹ ਯਾਨੀ ਕਿ ਅੱਜ ਤੱਕ ਤਕਰੀਬਨ 1 ਮਾਹ ਦੇ ਕਰੀਬ ਆ ਫਿਰ ਉਹ ਇੱਥੋਂ ਹੋ ਕੇ ਗਏ ਨੇ ਖੀਵੇ ਵਿੱਚ। ਬਜ਼ੁਰਗਾਂ ਕੋਲੋਂ ਕੋਈ ਥੋੜ੍ਹੀ ਜਿਹੀ ਜਿਹੜਾ ਨਾ ਸਵਾਲ ਜਵਾਬ ਪੁੱਛੇ ਨੇ, ਉਹਨਾਂ ਕੋਲ ਪਤਾ ਲੱਗਾ ਕਿ ਇੱਥੇ ਆਉਂਦੇ ਨੇ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਹੈਗੇ, ਯਾਨੀ ਕਿ ਇੱਥੇ ਆ ਕੇ ਆਪਣਾ ਜਿਹੜਾ ਕੰਮ ਕਰਦੇ ਨੇ, ਇਬਾਦਤ ਕਰਦੇ ਨੇ, ਜਾਂ ਉਹਨਾਂ ਨੂੰ ਬੁੱਤ ਛੁੱਤ ਵੀ ਸੁਣਿਆ ਵਿੱਚ ਹੈਗੇ ਨੇ ਉਹਨਾਂ ਦੇ, ਯਾਨੀ ਕਿ ਜਿਹੜੇ ਉਹਨਾਂ ਪੂਜਦੇ ਹੈ, ਅਤੇ ਉਹਨਾਂ ਨੂੰ ਆ ਕੇ ਚੈੱਕ ਵਹਿੰਦੇ ਵੁੰਦੇ ਨੇ ਅਤੇ ਫਿਰ ਉਹ ਚਲੇ ਜਾਂਦੇ ਨੇ, ਕਿਸੇ ਨੂੰ ਕੋਈ ਨੁਕਸਾਨ ਨਹੀਂ ਦਿੰਦੇ ਹੈਗੇ। ਦਿਓ, ਮੈਂ ਕਾਫੀ ਦੂਰ ਆ ਗਿਆ ਵਾਂ ਪਿੰਡ ਖੀਵਾ ਹੁੰਦਲਾਂ ਤੋਂ, ਅਤੇ ਅਗਲੇ ਪਿੰਡ ਹੁਣ ਜਾਣਾ। ਉਸ ਪਿੰਡ ਦਾ ਨਾਂ ਹੈ ਲਾਲਾ ਸ਼ਰੀਫ, ਯਾਨੀ ਕਿ ਇਹਨਾਂ ਦੋਵਾਂ ਪਿੰਡਾਂ ਦੇ ਦਰਮਿਆਨ ਦੇ ਵਿੱਚ ਜਿਹੜੇ ਨਾ ਉਹ ਇਬਾਦਤਗਾਹ ਹੈ। ਅਤੇ ਵੇਖੋ, ਮੈਂ ਇਸ ਗੱਲ ਦਾ ਹੈਰਾਨਗੀ ਵੀ ਹੁੰਦੀ ਹੈ ਕਿ ਯਾਰ ਕੈਸੇ ਮੁਸਲਮਾਨ ਨੇ ਇੱਕ ਕਿ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਹੈਗੇ, ਯਾਨੀ ਕਿ ਉਹ ਕਿਸੇ ਦੀ ਚੀਜ਼ ਨੂੰ ਵੀ ਆਪਣੀ ਚੀਜ਼ ਸਮਝਦੇ ਨੇ, ਅਤੇ ਉਹ
ਕਹਿ ਰਹੇ ਸਨ ਬਜ਼ੁਰਗ ਅੱਜ ਤੱਕ ਅਸਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਉਹਨਾਂ ਦੀ ਇਬਾਦਤਗਾਹ ਨੂੰ ਬਲਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਅਸਾਂ ਉਹਨਾਂ ਨੂੰ ਰੋਕਿਆ ਲਿਆ ਕਿ ਨਹੀਂ ਕੰਮ ਚੰਗਾ ਅਤੇ ਦੂਸਰੀ ਤਰਫ ਗੈਰ ਮਜ਼ਹਬ ਯਾਨੀ ਕਿ ਜਿਹੜੇ ਗੈਰ ਮੁਸਲਿਮ ਨੇ ਉਹ ਮਸਜਿਦਾਂ ਨੂੰ ਮੁਸਲਮਾਨਾਂ ਦੀਆਂ ਨੂੰ ਉਹਨਾਂ ਨੂੰ ਨਮਾਜ਼ ਨਹੀਂ ਪੜ੍ਹਨ ਦਿੰਦੇ ਇਹ ਫਰਕ ਹੁੰਦਾ ਸ਼ਿਕਰ ਦੁਪਹਿਰ ਲੱਗੀ 12 ਦਾ ਟਾਈਮ ਹੈ ਅਤੇ ਬਜ਼ੁਰਗ ਜਿਹੜੇ ਇਹਨਾਂ ਨੂੰ ਡੰਗਰ ਡਏ ਨੇ ਚਾਰਨ ਇਹ ਹੁੰਦੇ ਨੇ ਪਿੰਡਾਂ ਵਾਲੇ ਜੱਟ ਸੱਚੀ ਕਿਸੇ ਨੇ ਕਿਹਾ ਵੀ ਕਿ ਕਿਸਾਨ ਕਿਸਾਨ ਹੈ ਅਸਲਾਮ ਵਾਲੇਕੁਮ ਚਾਚਾ ਜੀ ਕਦੇ ਤੁਹਾਡਾ ਵੀ ਜਾਣਾ ਹੋਇਆ ਉੱਥੇ ਕਿ ਨਹੀਂ ਬੜੀ ਵਾਰੀ ਕਦੇ ਗਏ ਉੱਥੇ ਡੰਗਰ ਚਾਰਦੇ ਆ ਆਹੋ ਅੰਦਰ ਬੜੀ ਵਾਰੀ ਗਏ ਆ ਕਦੇ ਅੰਦਰ ਵੀ ਗਏ ਵੇਖਿਆ ਕੀ ਹਾਲ ਅਗਲਾ ਮਾਹੌਲ ਕੀ ਹੈ ਅੰਦਰ ਕੋਨੇ ਉਦੋਂ ਪਹਿਲੇ ਤਸਵੀਰਾਂ ਜੀਆਂ ਬਣੀਆਂ ਕੋ ਪਰੀਆਂ ਦੀਆਂ ਕੋ ਹੋਰ ਇਸ ਤਰ੍ਹਾਂ ਦੀਆਂ ਵਾਹ ਵਾਹ ਨਾ ਖੂਬਸੂਰਤ ਉਹ ਰੰਗ ਤਸਵੀਰਾਂ ਦੇ ਹੁਣ ਵੀ ਉਹ ਨਿਸ਼ਾਨ ਹੈ ਨੇ ਤਸਵੀਰਾਂ ਦੇ ਉਹ ਫਿਰ ਉਹ ਡੰਗਰ ਚਾਰਦੇ ਆ ਗਈਆਂ ਨੇ ਉਹ ਰੰਗ ਰੁੰਗ ਹੁਣ ਬੇਨੀ ਜੂ ਦੇਰ ਹੋ ਗਈ ਕੋ ਲੈ ਲੂ ਗਏ ਕਿੰਨੀ ਕੁ ਦੇਰ ਹੋ ਗਈ ਇਹਨੂੰ ਇੱਥੇ ਕਿਨੂੰ ਇਹ ਮਾੜੀ ਜਿਹੜੀ ਹੈ ਇਹ ਤਾਂ ਸਾਡੇ ਜੰਮਣ ਤੋਂ ਪਹਿਲਾਂ ਦੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ ਅੱਛਾ ਜੀ ਯਾਨੀ ਕਿ ਤਕਰੀਬਨ ਕੁਝ ਆਹੋ ਸਾਡੇ ਬਣਨ ਤੋਂ ਆਉਂਦੇ ਨੇ ਇੱਧਰੋਂ ਉਦੋਂ ਕਸ਼ਮੀਰ ਜੋ ਆ ਰਾਜੇ ਨੇ ਉਹ ਜਿਹੜੇ ਵੱਡੇ ਉਹ ਦੱਸਦੇ ਹਨ ਵੀ ਇਹ ਤਾਂ ਖੱਚਰਾਂ ਅਤੇ ਇੱਟਾਂ ਇਹਦੀਆਂ ਉਹ ਸਮਾਨ ਆਉਂਦਾ ਰਿਹਾ ਅਤੇ ਰੰਗ ਸ਼ੰਗ ਦੇ ਉਹ ਵੀ ਮਿਸਤਰੀ ਆਏ ਹਨ ਉੱਧਰੋਂ ਉਦੋਂ ਤਾਂ ਇੱਥੇ ਹੈ ਹੀ ਨਹੀਂ ਸੀ ਪੱਕੀਆਂ ਇੱਟਾਂ ਵੀ ਠੀਕ ਜਦੋਂ ਇਹ ਬਣਿਆ ਅੱਛਾ ਤਾਂ ਪਹਿਲਾਂ ਇੱਥੇ ਉਹ ਹਿੰਦੂ ਰਹਿੰਦੇ ਹਨ ਆਹੋ ਇਹ ਉਹ ਪਿੰਡ ਜਿਹੜਾ ਜ਼ਿਆਦਾ ਹਿੰਦੂਆਂ ਦਾ ਹੀ ਹੈ ਖੀਵਾ ਕੇ ਲਾਲੇ 'ਚ ਉਹ ਮਾੜੀ ਜਿਹੜੀ ਉਹ ਲਾਲੇ ਦੀ ਪਾਣੀ ਦੀ ਵਜ੍ਹਾ ਦੇ ਨਾਲ ਵਿੱਚੋਂ ਦੀ ਸਾਰਾ ਡਾਇਮੰਡ ਹੋ ਗਿਆ ਅਤੇ ਹਾਂ ਇੰਨਾ ਡੁੰਮ ਪੈ ਗਏ ਨੇ ਇਹ ਤੁਸੀਂ ਵੇਖ ਸਕਦੇ ਹੋ ਬਹੁਤ ਮਿਹਨਤ ਕਰਨਾ ਵਾ ਬਹੁਤ ਜ਼ਿਆਦਾ ਮਿਹਨਤ ਕਰਨਾ ਪਿਆ ਵਾ ਤੁਹਾਡੇ ਵਾਸਤੇ ਮਿਹਰਬਾਨੀ ਤੁਹਾਡੀ ਮੁਹੱਬਤ ਵਾਸਤੇ ਤੁਸੀਂ ਸਿਰਫ ਇੱਕ ਲਾਈਕ ਅਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਕਰ ਦਿਆ ਕਰੋ ਇਸ ਵਜ੍ਹਾ ਤੋਂ ਕਿ ਮੇਰਾ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਮੇਰੇ 'ਚ ਖੂਨ ਆ ਜਾਂਦਾ ਜਦੋਂ ਤੁਸੀਂ ਸਬਸਕ੍ਰਾਈਬ ਅਤੇ ਲਾਈਕ ਕਰਦੇ ਹੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਗਾਈਡ ਕਰਦਿਆਂ ਦੋਸਤੋ ਇਹਨੂੰ ਚੜ੍ਹਦਾ ਪੰਜਾਬ ਕਹਿੰਦੇ ਨੇ ਨਾਲ ਹੀ ਬਾਰਡਰ ਹੈ ਪਾਕਿਸਤਾਨ ਅਤੇ ਇੰਡੀਆ ਦਾ ਤਕਰੀਬਨ 2 ਕਿਲੋਮੀਟਰ ਦਾ ਜਿਹੜਾ ਇਹਨਾਂ ਵਿੱਚ ਫਾਸਲਾ ਇੰਡੀਆ ਅਤੇ ਪਾਕਿਸਤਾਨ ਦੇ ਬਾਰਡਰ ਦਾ ਅਤੇ ਉਸ ਤੋਂ ਤਕਰੀਬਨ 15-20 ਕਿਲੋਮੀਟਰ ਜਿਹੜਾ ਸਫ਼ਰ ਬਣਦਾ ਨਾ ਉਹ ਅੱਗੇ ਪਿੰਡ ਖੀਵਾ ਹੁੰਦਲਾ ਅਤੇ ਲਾਲਾ ਸ਼ਰੀਫ ਦਾ ਬਣਦਾ ਇਹਨਾਂ ਦੇ ਵਿੱਚ ਜਿਹੜਾ ਨਾ ਉਹ ਮਾੜੀ ਹੈ ਯਾਨੀ ਕਿ ਹਿੰਦੂਆਂ ਦੀ ਜਿਹੜੀ ਹੈ ਨਾ ਉਹ ਮੰਦਰ ਬੜਾ ਖੂਬਸੂਰਤ ਮੰਜ਼ਰ ਅਤੇ ਵੇਖੋ ਟਾਈਲਾਂ ਦੇ ਨਾਲ ਹੀ ਸਾਰੀ ਤਮੀਰ ਹੋਈ ਹੈ ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉਹਨਾਂ ਨੇ ਇਹਨੂੰ ਖੋਦਿਆ ਹੈਗਾ ਖੋਦ ਕੇ ਅਤੇ ਇਹਦੇ ਵਿੱਚੋਂ ਜਿਹੜਾ ਨਾ ਆਪਣਾ ਸੋਨਾ ਵਗੈਰਾ ਉਹਨਾਂ ਕੱਢਿਆ ਵੇ ਉਹਨਾਂ ਦੀ ਜ਼ਰੂਰਤ ਮੁਤਾਬਕ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਸਨ ਨਾ ਉਹਨਾਂ ਵਿੱਚੋਂ ਇਹ ਲਈਆਂ ਹੈਗੀਆਂ ਨੇ ਲੈ ਕੇ ਗਏ ਨੇ ਜਿਹੜਾ ਨਾ ਰਕਬਾ ਖਾਲੀ ਹੈ ਦੂਸਰੇ ਪਿੰਡ ਦੀ ਇਹ ਵਿਰਾਸਤ ਦੇ ਵਿੱਚ ਆਉਂਦੀ ਹੈ ਯਾਨੀ ਕਿ ਸੁਣਨ 'ਚ ਆਇਆ ਕਿ ਪਿੰਡ ਸਾਰਾ ਜਿਹੜਾ ਨਾ ਉਹ ਸਿੱਖਾਂ ਦਾ ਸੀ ਇੱਥੇ ਸਾਰੇ ਸਿੱਖ ਰਹਿੰਦੇ ਹਨ ਇਹ ਵੇਖੋ ਬਹੁਤ ਹੀ ਜਦੀਦ ਤਕਨੀਕੇ ਨਾਲ ਅਤੇ ਬੜਾ ਦਿਮਾਗ ਹਾਜ਼ਰ ਰੱਖ ਕੇ ਅਤੇ ਇਹਨੂੰ ਉਹਨਾਂ ਤਮੀਰ ਕੀਤਾ ਪਹਿਲਾਂ ਸਾਰਾ ਉੱਤੋਂ ਜਿਹੜਾ ਨਾ ਵਿਖਾਉਣ ਲੱਗਾ ਵਾ ਦੁਆਲਾ ਇਹਦਾ ਇਹਨੂੰ ਮਾੜੀ ਕਹਿੰਦੇ ਅਸਲ ਨਾਂ ਦਾ ਜਿਹੜਾ ਉਹ ਇਹ ਨਹੀਂ ਪਤਾ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਇੱਥੇ ਬਾਬੇ ਇੱਥੇ ਦੋ ਤਰ੍ਹਾਂ ਫਿਰਦੇ ਨੇ ਇਹਨਾਂ ਕੋਲ ਪੁੱਛਦੇ ਹਾਂ ਇਹਦਾ ਅਸਲ ਨਾਂ ਕੀ ਹੈ ਪਹਿਲਾਂ ਤੁਹਾਨੂੰ ਚਾਰ ਸ਼ਫੇਰਾ ਇਹਦਾ ਵਿਖਾਉਂਦੇ ਹਾਂ ਇਹਦੇ ਵਿੱਚ ਜ਼ੇਵਰਾਤ ਬੁੱਤ ਮੂਰਤੀਆਂ ਪੜੀਆਂ ਯਾਨੀ ਕਿ ਬਹੁਤ ਹੀ ਉਹਨਾਂ ਦਾ ਜਿਹੜਾ ਨਾ ਇਬਾਦਤ ਜਿਹੜੀ ਕਰਦੇ ਸਨ ਜਿਨ੍ਹਾਂ ਦੀ ਉਹ ਸਾਰਾ ਕੁਛ ਇਹਦੇ ਵਿੱਚ ਮੌਜੂਦ ਹੈ ਇਹ ਪੌਦੇ ਉੱਤੇ ਉੱਗੇ ਨੇ ਯਾਨੀ ਕਿ ਹੁਣ ਤਾਂ ਉਹਨਾਂ 'ਚੋਂ ਕੋਈ ਆਇਆ ਹੀ ਨਹੀਂ ਨਾ ਇੱਥੇ ਇਹ ਤਾਂ ਬਸ ਇੱਥੇ ਮੁਸਲਮਾਨਾਂ ਦੀ ਜਿਹੜੇ ਨਾ
ਕਸਟਡੀ ਦੇ ਵਿੱਚ ਮੌਜੂਦ, ਉਹਨਾਂ ਨੇ ਇਹਨੂੰ ਸਾਂਭਿਆ ਵੇ, ਬੜੀ ਗੱਲ ਹੈ। ਜਿਹਨੇ ਕਿ ਵੇਖੋ ਮੁਸਲਮਾਨ ਜਿਹਨੇ ਨੁਕਸਾਨ ਨਹੀਂ ਪਹੁੰਚਾਇਆ ਇਹਨਾਂ ਨੂੰ, ਅਤੇ ਜਿਹਨੇ ਤਾਂ ਇਹ ਦੁਆਰਾ ਸਾਰਾ ਵਿਖਾ ਦਿੱਤਾ ਤੁਹਾਨੂੰ, ਅਤੇ ਇਹਦੇ 'ਤੇ ਇਹ ਦਰਵਾਜ਼ਾ, ਇਹਦਾ ਜਿਹੜਾ ਅਸਲ ਦਰਵਾਜ਼ਾ ਨਾ ਮੇਨ ਉਹ ਹੈ ਵੇ। ਅਤੇ ਇਹਦੇ ਅੰਦਰ ਅਸੀਂ ਬੜਾ ਲੱਗੇ ਹਾਂ, ਡਰ ਹੀ ਲੱਗਦਾ ਹੈ। ਅੱਛਾ ਜੀ, ਵਾਹ ਜੀ ਵਾਹ। ਇਹ ਸਾਰੀ ਟਾਇਲਟ ਦਾ ਬਣਿਆ ਦੋਸਤੋ, ਸਾਰਾ ਟਾਇਲਟ ਦਾ ਬਣਿਆ। ਹਨੇਰਾ ਹੈ ਇੱਥੇ, ਸਾਰਾ ਟਾਇਲਟ ਦਾ ਬਣਿਆ ਦੋਸਤੋ। ਵੇਖੋ ਇਹ ਇੱਕ ਉਹਨਾਂ ਦਾ ਮੰਦਰ ਸੀ ਇੱਥੇ, ਫਿਰ ਇਹਦੇ ਵਿੱਚ ਸੋਨਾ ਵਗੈਰਾ ਸੀ, ਯਾਨੀ ਕਿ ਇੱਥੇ ਬੁੱਤ ਸ਼ੁੱਤ ਹਨ, ਉਹਨਾਂ ਦੇ ਮੂਰਤੀਆਂ ਵਗੈਰਾ ਲੱਗੀਆਂ ਸੀ ਇੱਥੇ ਇਹਦੇ ਵਿੱਚ। ਇਬਾਦਤ ਗਾਹ ਉਹਨਾਂ ਦੀ, ਤੁਹਾਨੂੰ ਨਜ਼ਦੀਕ ਕਰਕੇ ਵਿਖਾਉਂਦੇ ਹਾਂ, ਇਹ ਤੁਸੀਂ ਵੇਖ ਸਕਦੇ ਹੋ। ਇਹ ਕੁਝ ਉਹਨਾਂ ਦੀ ਲਿਖਾਈ ਹੈ, ਇਹ ਵੇਖੋ ਉਹਨਾਂ ਦੀਆਂ ਡਿਜ਼ਾਇਨਿੰਗ ਮੂਰਤੀਆਂ, ਇਹ ਉਹਨਾਂ ਦੀਆਂ ਡਿਜ਼ਾਇਨਿੰਗ ਮੂਰਤੀਆਂ ਨੇ। ਯਾਨੀ ਕਿ ਤੁਹਾਨੂੰ ਸਾਰਾ ਜਿਹੜਾ ਨਾ ਆਸਤਾ ਆਸਤਾ ਹੌਲੀ ਹੌਲੀ ਇਹਦਾ ਮੁਆਇਨਾ ਕਰਾਉਂਦੇ ਹਾਂ ਪੂਰੇ ਦਾ। ਇਹਦੇ ਵਿੱਚ ਹੁਣ ਤਾਂ ਉਹ ਨਹੀਂ ਨਾ, ਇਹ ਵੇਖੋ ਇਹ ਬਿਲਕੁਲ ਇਹ ਨਜ਼ਰ ਆਇਆ ਜੇ, ਇਹ ਜੇ ਇਹ ਪੜ੍ਹੀ ਹੈ। ਯਾਨੀ ਕਿ ਬੁੱਤ ਜਿਹੜੇ ਹੈ ਨਾ, ਯਾਨੀ ਕਿ ਮਿੱਟੀ ਦੇ ਜਿਹੜੇ ਬਣੇ ਹੁੰਦੇ ਨੇ ਰੀਅਲ ਦੇ ਵਿੱਚ, ਉਹ ਹੈ ਨਹੀਂ ਇੱਥੇ, ਸਿਰਫ ਹੁਣ ਛੁਪਾਈ ਰਹਿ ਗਈ ਇੱਥੇ, ਸਿਰਫ ਛੁਪਾਈ ਰਹਿ ਗਈ। ਮੈਨੂੰ ਖੁੜਾ ਘੋਲ ਲੱਗ ਪਈ ਹੈ, ਅੱਲਾ ਖੈਰ ਕਰੇ। ਇਹ ਵੇਖੋ ਇੱਥੇ ਹੁਣ ਸਿਰਫ ਛੁਪਾਈ ਰਹਿ ਗਈ ਹੈ, ਇੱਧਰ ਦਾ ਨੂੰ ਖਾਂਦੇ ਹਾਂ। ਤੁਸੀਂ ਵੇਖ ਸਕਦੇ ਹੋ, ਇਹ ਵੇਖੋ ਇਹ, ਅਗਰ ਤੁਹਾਨੂੰ ਨਜ਼ਰ ਆਏ ਨਾ ਕੁਛ ਤਾਂ ਜ਼ਰੂਰ ਚੈੱਕ ਕਰਿਆ ਜੇ, ਇਹ ਚੈੱਕ ਕਰੋ, ਇਹ ਉਹਨਾਂ ਦੀਆਂ ਜਿਹੜੀਆਂ ਨਾ ਮੂਰਤਾਂ ਨੇ ਹਜੇ। ਬਾਕੀ ਰੰਗ ਖੁਰ ਗਿਆ ਵੇ, ਯਾਨੀ ਕਿ ਬਹੁਤ ਹੀ ਤਬਦੀਲ ਹੋ ਗਈ ਹੈ ਨਾ ਹੁਣ। ਚੈੱਕ ਕਰੋ, ਮੈਨੂੰ ਡਰ ਲੱਗਦਾ ਪਿਆ ਇੱਥੋਂ, ਗਲੇ ਲੈਂਦੇ ਆ, ਚੈੱਕ ਕਰੋ। ਇੱਕ ਵਾਰੀ ਤੁਹਾਨੂੰ ਸਾਰਾ ਮੁਆਇਨਾ ਚੈੱਕ ਕਰਾ ਦਈਏ, ਸਾਰਾ ਜ਼ਿਆਦਾ ਇਹਦਾ ਲੈਂਦੇ ਹਾਂ ਸ਼ੁਰੂ ਤੋਂ। ਇਹ ਵੇਖੋ ਸੁਣਨ ਚਾਹ ਕੇ ਇਹਦੇ ਵਿੱਚ ਜਿਹੜੇ ਨਾ ਬੁੱਤ ਸ਼ੁੱਤ ਹੈ ਸਨ, ਇਹ ਲੋਕਾਂ ਨੇ ਵੇਖਿਆ ਨਾ ਤੂੜੀ ਛੂੜੀ ਪਾਈ, ਇਹਦੇ ਵਿੱਚ ਆਪਣਾ ਜਿਹੜਾ ਨਾ ਉਹ ਡੰਗਰਾਂ ਦਾ ਸੰਬੰਧ ਸਮੁੰਦਰ ਰੱਖਦੇ ਨੇ, ਅਤੇ ਸਾਰਾ ਟਾਇਲ ਦੇ ਨਾਲ ਬਣਿਆ। ਬੜਾ ਹੀ ਮੰਜ਼ਰ ਹੈ, ਮੁਕਾਮ ਇੱਕ ਵੇਖਣ ਵਾਲਾ ਹੈ ਵੀ ਇਹ ਸਿੱਖਾਂ ਦੇ ਦੌਰ ਦਾ। ਇਹ ਵੇਖੋ ਅਗਰ ਤੁਹਾਨੂੰ ਜੇ ਨਜ਼ਰ ਆਏ ਨਾ ਤਾਂ ਚੈੱਕ ਕਰ ਲਿਆ ਜੀ। ਇਹ ਕੋਈ ਲਿਖਾਈ ਹੈ ਉਹਨਾਂ ਦੀ, ਪਤਾ ਨਹੀਂ ਉਹਨਾਂ ਕੀ ਲਿਖਿਆ। ਲਿਖਾਈ ਹੈ, ਚੈੱਕ ਕਰੋ। ਇਹ ਕੁਝ ਉਹਨਾਂ ਲਿਖਿਆ ਵੇ, ਯਾਨੀ ਕਿ ਮੁਖਤਲਿਫ ਇੱਥੇ ਡੈਕੋਰੇਸ਼ਨ, ਮੁਖਤਲਿਫ ਇੱਥੇ ਚੀਜ਼ਾਂ ਨੇ, ਮੁਖਤਲਿਫ ਇੱਥੇ ਜਿਹੜਾ ਨਾ ਉਹ ਪਰੀਆਂ ਨੇ, ਯਾਨੀ ਕਿ ਉਹਨਾਂ ਨੇ ਆਪਣੇ ਮਜ਼ਹਬ ਦੇ ਮੁਤਾਬਕ ਜੋ ਕੁਛ ਵੀ ਤੁਹਾਨੂੰ ਹੁੰਦਾ ਇੱਥੇ ਉਹ ਸਾਰਾ ਕੁਝ ਉਹਨਾਂ ਨੇ ਇੱਥੇ ਰੱਖਿਆ ਸੀ, ਅਤੇ ਹੁਣ ਇੱਥੇ ਕੋਈ ਸ਼ੈ ਨਹੀਂ ਸਾਨੂੰ ਨਜ਼ਰ। ਦਮ ਘੁੱਟਿਆ ਜਾ ਰਿਹਾ ਇੱਥੇ ਦੋਸਤ, ਅਸੀਂ ਨਿਕਲਣੇ ਬਾਹਰ। ਦੋਸਤੋ ਤੁਸੀਂ ਵੇਖ ਸਕਦੇ ਹੋ ਮੈਂ ਉੱਤੇ ਚੜ੍ਹ ਗਿਆ ਹੁਣ,
ਤੇ ਉੱਥੋਂ ਤੁਹਾਨੂੰ ਵਿਖਾਉਂਦੇ ਹਾਂ। ਮੈਂ ਬੜੀ ਮੁਸ਼ਕਿਲ ਖਲੋਤਾ ਉੱਥੇ, ਮੈਂ ਦਰਖਤ ਉੱਤੇ ਚੜ੍ਹ ਕੇ ਅਤੇ ਬੜੀ ਮੁਸ਼ਕਿਲ ਜਿਹੜਾ ਨਾ ਉਹ ਵੇਖ ਸਕਦੇ ਹੋ ਤੁਸੀਂ ਦੋਸਤੋ, ਉੱਤੇ ਚੜ੍ਹ ਕੇ ਅਤੇ ਤੁਹਾਨੂੰ ਵਿਖਾ ਰਿਹਾ ਵਾਂ। ਤੋ ਦੋਸਤੋ ਮੈਂ ਇੱਕ ਬਜ਼ੁਰਗ ਨੇ ਮੇਰੇ ਕੋਲ ਖਲੋਤੇ ਅਤੇ ਇਹਨਾਂ ਕੋਲੋਂ ਪੁੱਛਣਾ ਇਸ ਦੇ ਬਾਰੇ ਕਿ ਇਹ ਕੀ ਚੀਜ਼ ਹੈ, ਕਦੋਂ ਦੀ ਇੱਥੇ ਮੌਜੂਦ ਹੈ, ਇਹਨੂੰ ਅਜੇ ਤੱਕ ਕਿਸੇ ਨੇ ਨੁਕਸਾਨ ਨਹੀਂ ਪਹੁੰਚਾਇਆ, ਇਹ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਖਲੋਤੀ ਹੈ। ਜਿਹੜਾ ਵੇਖਿਆ ਵੇ ਜਿਹੜਾ ਨੁਕਸਾਨ ਦਿੱਤਾ ਉਹਨਾਂ ਖੁਦ ਆ ਕੇ ਇਹਨੂੰ ਦਿੱਤਾ ਵੇ, ਯਾਨੀ ਕਿ ਇਹਨੂੰ ਬਰਬਾਦ ਕੀਤਾ ਵੇ, ਅੱਗੋਂ ਪਿੱਛੋਂ ਇਹਨੂੰ ਢਾਇਆ ਟੋਇਆ ਵੇ, ਅਤੇ ਉਹਨਾਂ ਤੁਹਾਨੂੰ ਵਿਖਾਇਆ ਕਿ ਦਰਵਾਜ਼ਾ ਵੀ ਉਸੇ ਤਰ੍ਹਾਂ ਹੀ ਹੈ, ਸਾਰਾ ਕੁਝ, ਯਾਨੀ ਕਿ ਹਰ ਚੀਜ਼ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਹੈ, ਇਹਨੂੰ ਕਿਸੇ ਨੇ ਕੋਈ ਨੁਕਸਾਨ ਨਹੀਂ ਦਿੱਤਾ ਹੈਗਾ। ਬਾਕੀ ਦੁਬਾਰਾ ਜਿਹੜਾ ਨਾ ਉਹ ਇਹਦੇ ਜਿਹੜਾ ਸੈਡਾਂ ਸੂਡਾਂ ਨੇ ਹਰ ਸ਼ੈ ਉਹ ਬਿਲਕੁਲ ਖਤਮ ਹੈ, ਸਿਰਫ ਇਹ ਇਕੱਲੀ ਚੀਜ਼ ਰਹਿ ਗਈ ਹੈ, ਅਤੇ ਇਹਨੂੰ ਯਾਨੀ ਕਿ ਉਹਨਾਂ ਨੇ ਨਿਸ਼ਾਨੀ ਦੇ ਤੌਰ 'ਤੇ ਬਿਲਕੁਲ ਉਸੇ ਦੀ ਅਤੇ ਉਸੇ ਤਰ੍ਹਾਂ ਹੀ ਰੱਖਿਆ ਵੇ। ਅੱਛਾ ਬਾਬਾ ਜੀ ਤੁਸੀਂ ਐਂ ਦੱਸਣਾ ਕਿ ਇਹ ਮੰਦਰ ਕਦੋਂ ਦਾ ਇੱਥੇ ਮੌਜੂਦ ਹੈ, ਯਾਨੀ ਕਿ ਇਹਨੂੰ ਕਿੰਨੀ ਕੁ ਅਰਸਾ ਹੋ ਗਿਆ ਵੇ ਇੱਥੇ ਜਦੋਂ ਇਸ ਪੈਲੀ ਦੇ ਵਿੱਚ ਮੌਜੂਦ ਹੈ, ਜਾਂ ਇਹਦੇ ਦੁਆਲੇ ਕੋਈ ਸ਼ੈ ਨਹੀਂ ਹੈਗੀ, ਇਕੱਲੀ ਇਹ ਹੀ ਹੈ ਸਿਰਫ। ਅਸਲਾਮ ਅਲੈਕਮ ਜੀ। ਹੈਲੋ, ਤੁਸੀਂ ਦੱਸ, ਬੋਲੀ ਜਾਓ, ਤੁਸੀਂ ਬੋਲੀ ਜਾਓ। ਤੁਸੀਂ ਜਿਹੜਾ ਇਹ ਮੰਦਰ ਜੀ 1947 ਤੋਂ ਗੇਤਰਾ ਬਣਿਆ ਦਾ ਇੱਥੇ ਸਾਡੀ ਹੋਸ਼ ਤੋਂ ਗੇਤਰਾ ਜੇ, ਅਤੇ ਉਸ ਵੇਲੇ ਆਪਣਾ ਮਾਲ ਖੜਾ ਜੋ ਕੁਛ ਵੀ ਉਹਨਾਂ ਹੀ ਕੀਤਾ ਕਰਿਆ ਵੇ, ਤੋਂ ਖੜਿਆ ਸੀ, ਸਾਨੂੰ ਨਹੀਂ ਪਤਾ ਕਦੋਂ ਗਏ ਖੜਿਆ ਅਤੇ ਕਦੋਂ ਨਹੀਂ ਖੜਿਆ ਹੈਗਾ ਜੀ। ਅਤੇ ਆਪਣਾ ਮਾਲ ਆਉਂਦਾ ਆਉਂਦਾ ਇਸਰੇ ਇਸਰੇ ਖਲੋਤਾ, ਤਾਂ ਅਸੀਂ ਇੱਧਰ ਕਦੇ ਇਹਨੂੰ ਚਾਹੇ ਨੂੰ ਕਦੇ ਆਪਣਾ ਹਿਲਾਇਆ ਜਿਹੜਾ ਵੀ ਨਹੀਂ ਹੈ। ਅੱਛਾ ਅੱਛਾ ਬਾਬਾ ਜੀ, ਇਹਨੂੰ ਉਹਨਾਂ ਨੇ ਆਣ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤੁਹਾਨੂੰ ਉਹਨਾਂ ਆਖਿਆ ਵੇ ਕਿ ਇਹਨੂੰ ਜਿਹੜਾ ਨਾ ਉਹ ਤੁਸੀਂ ਢਾਹ ਢੂਹ ਛੱਡੋ, ਆਪਣੀ ਜ਼ਮੀਨ ਦੇ ਵਿੱਚ ਮਿਲੀਆ ਮਿੱਟ ਕਰ ਦੇਵੋ? ਨਹੀਂ, ਕੋਈ ਗੱਲਬਾਤ ਨਹੀਂ ਸਾਡੇ ਨਾਲ ਹੋਈ ਤੀ ਜੀ। ਉਹਨਾਂ ਤੁਹਾਨੂੰ ਅੱਜ ਤੱਕ ਨਹੀਂ ਕਿਹਾ ਹੈਗਾ ਜਾਂ ਇੱਥੇ ਅੱਜ ਤੱਕ ਆਏ ਨਹੀਂ ਜਾਂ ਨਹੀਂ ਆਏ? ਸਾਡੇ ਤੱਕ ਕੋਈ ਨਹੀਂ ਪਹੁੰਚਿਆ, ਰਾਤ ਦਾ ਸਾਨੂੰ ਨਹੀਂ ਪਤਾ ਹੈ, ਇਹ ਮੈਂ ਗਲਤ ਬਿਆਨੀ ਕਰੀਏ। ਇੱਕ ਦਫ਼ਾ ਇੱਕ ਸਿੱਖ ਆਇਆ ਸੀ, ਉਦੋਂ ਪੁਰਾਣੇ 'ਚ ਵਾਹਵਾ ਡੇਟ ਦੀ ਬਾਤ ਹੈ, ਉਦੋਂ ਆਪਣਾ ਇੱਕ ਅਤੇ ਉਹ ਇੱਥੋਂ ਵੇਖ ਕੇ ਗਿਆ ਸੀ, ਆਪਣਾ ਫਿਰ ਟੁਰ ਕੇ ਹੋ ਗਿਆ ਇੱਥੋਂ। ਸਹੀ। ਅੱਛਾ, ਉਹਨੇ ਇਹਦੇ ਵਿੱਚੋਂ ਕੁਛ ਹੈ ਖੜੀ ਹੈ ਬੁੱਤ ਛੁੱਤ ਆਪਣੇ, ਯਾਨੀ ਕਿ ਮੈਂ ਅੰਦਰ ਵੇਖਿਆ ਨਾ ਉਹ ਬੁੱਤ ਛੁੱਤ ਕੋਈ ਨਹੀਂ ਹੈ, ਤਸਵੀਰਾਂ ਹੀ ਨੇ ਬਸ ਜਾਂ ਮੂਰਤਾਂ ਛੂਰਤਾਂ ਹੀ ਬਣੀਆਂ ਨੇ, ਬੁੱਤ ਛੁੱਤ ਨਹੀਂ ਤੁਸੀਂ ਵੇਖਿਆ ਕੋਈ ਆਪਣੀ ਹੋਸ਼ ਦੇ ਵਿੱਚ? ਤਾਂ ਬੁੱਤ ਪਹਿਲੂ ਤਾਂ ਹੈ ਸਨ ਇੱਥੇ, ਅਤੇ ਬਾਅਦ ਵਿੱਚ ਨਹੀਂ ਵੇਖੇ ਹੈ ਇੱਥੇ। ਲਾਲਮ ਜਦ ਉਹਨਾਂ ਖੜੇ ਨੇ ਕਿ ਜਾਂ ਇੱਧਰੋਂ ਗੇ ਢਾ ਕੇ ਸੁੱਟੇ ਵਿੱਚ, ਇਹੀ ਹੈ ਵੀ ਆਪਣਾ ਗਲਤ ਬਿਆਨੀ ਕਰੀਏ ਜੀ। ਹਾਂਜੀ। ਅੱਛਾ ਜੀ, ਅੱਛਾ ਬਾਬਾ ਜੀ, ਤੁਸੀਂ ਇਹ ਦੱਸਣਾ ਕਿ ਇਸ ਇਹਦੀ ਵਜ੍ਹਾ ਦੇ ਨਾਲ ਇੱਥੇ ਕੋਈ ਇੰਤਸ਼ਾਰ ਫੈਲਿਆ ਹੋਇਆ ਜਾਂ ਇੱਥੇ ਕੋਈ ਲੜਾਈ ਝਗੜਾ ਹੋਇਆ ਹੋਇਆ, ਇਹਦੀ ਵਜ੍ਹਾ ਦੇ ਨਾਲ ਕਿਹਾ ਇੱਥੇ ਖਲੋਤੀ ਹੈ, ਕਿਉਂ ਖਲੋਤੀ ਹੈ? ਇੱਥੇ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਲੈ ਨਹੀਂ, ਕੋਈ ਦੇਣ ਨਹੀਂ ਆਈ, ਕੋਈ ਗੱਲਬਾਤ ਨਹੀਂ ਜੀ ਹੈ। ਝਗੜਾ ਝੁਗੜਾ ਕਿਸੇ ਦਾ ਕੋਈ ਨਹੀਂ ਹੋਇਆ, ਕਿਸੇ ਦੀ ਕੋਈ ਚੰਗੀ ਨਹੀਂ, ਕੋਈ ਮਾੜੀ, ਲੈ ਨਹੀਂ ਦੇਣ ਨਹੀਂ ਹੈਗੀ। ਅੱਛਾ ਅੱਛਾ, ਇਹਨੂੰ ਤੁਸੀਂ ਢਾਹ ਕਿਉਂ ਨਹੀਂ ਦਿੰਦੇ ਹੈਗੇ ਇੱਥੇ ਖਲੋਤੀ ਹੈ, ਤੁਹਾਨੂੰ ਨੁਕਸਾਨ ਦਿੰਦੀ ਨਹੀਂ ਹੈਗੀ? ਅੱਜ ਤੱਕ ਨੁਕਸਾਨ ਹੀ ਤੁਹਾਨੂੰ ਦਿੱਤਾ ਹੈਗਾ? ਨਹੀਂ, ਸਾਡਾ ਨੁਕਸਾਨ ਕਰਦਾ ਵਾ, ਕੋਈ ਨੁਕਸਾਨ ਨਹੀਂ ਹੈ ਸਾਡਾ ਜੀ। ਖਲੋਤੀ ਆਪਣੀ ਜਗ੍ਹਾ ਸਾਡੀ ਦੇ ਵਿੱਚ ਵੈ ਖਲੋਤੀ ਦੀ ਹੈ, ਅਤੇ ਕੋਈ ਜਗ੍ਹਾ ਛੱਡ ਛੜੀ ਦੀ ਹੈ, ਕੀ ਕਰਨਾ ਮੈਂ ਢਾਹ ਕੇ ਹਮਜਾ ਇਹਨੂੰ? ਸਹੀ। ਅੱਛਾ, ਤੁਹਾਨੂੰ ਮਤਲਬ ਨਹੀਂ ਚੁੱਭ ਚਾਬੇ ਦੀ ਕੋਈ ਨਹੀਂ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਦੀ? ਸਹੀ। ਨਹੀਂ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਜੀ। ਅੱਛਾ, ਮੇਰੇ ਸੁਣਨ 'ਚ ਆਇਆ ਵੇ ਕਿ ਇਹਦੇ ਵਿੱਚ ਯਾਨੀ ਕਿ ਸੋਨਾ ਵਗੈਰਾ ਚਾਂਦੀ ਚੁੰਦੀ ਯਾਨੀ ਕਿ ਇੰਜ ਸੋਨੇ ਦੀਆਂ ਬਹੁਤ ਜ਼ਖੀਰਾ ਸੀ ਜਿਹੜਾ ਉਹਨਾਂ ਕੋਈ ਖੜਿਆ ਖੁੜਿਆ ਹੈ, ਕੋਈ ਇੰਜ ਦਾ ਮਾਮਲਾ? ਅਸਾਂ ਤਾਂ ਕੋਈ ਦੇਖਿਆ ਕੋਈ ਨਹੀਂ ਜਾ ਇੱਥੇ, ਯਾਨੀ ਆਪਣੀ ਹੋਸ਼ ਦੇ ਵਿੱਚ ਤੁਸੀਂ ਨਹੀਂ ਵੇਖਿਆ? ਨਾ, ਕੋਈ ਸ਼ਹਿਰ ਨਹੀਂ। ਲੰਬਾ ਜਵਾਬ ਦਿਆ, ਕੋਈ ਸ਼ਹਿਰ ਨਹੀਂ ਜੇ ਵੇਖੀ ਹੈਗੀ ਅਸਾਂ ਇੱਥੇ ਜੀ, ਐਵੇਂ ਅਤੇ ਆਪਣਾ ਅਖਵਾਹਾਂ ਇਹਨਾਂ ਲੋਕਾਂ ਪੜ੍ਹਾਈ ਦੀਆਂ ਨੇ ਵੀ ਉਹ ਸੋਨਾ ਲੱਗਦੇ, ਤੁਸੀਂ ਇਹ ਲੱਗਦੇ, ਬਹੁਤ ਲੱਗਦੇ, ਇੱਥੇ ਕੋਈ ਸ਼ਹਿਰ ਵੀ ਨਹੀਂ ਸੀ ਹੈ, ਇਹ ਆਪੇ ਕਿਤੇ ਪਤਾ ਨਹੀਂ।